ਸੱਜਣਾ ਦੇ ਬੇਲੀ ਹੋਏ ਸਾਡਾ ਰੇਲਵੇ ਸਟੇਸ਼ਨ ਹੈ ਸਾਲਜ਼ਬਰਗ ਦਾ ਦੱਸਣਿਆ ਅਤੇ ਬਿਲਡਿੰਗਾਂ ਅਤੇ ਜਿਹੜੀ ਮੈਂ ਗੱਲ ਦੱਸਣੀ ਤੁਸੀਂ ਉਹ ਹੈ ਕਿ ਇਹ ਰੇਲਵੇ ਸਟੇਸ਼ਨ ਹੈ ਉਹ ਹੈ ਕੀ ਹੈ ਕਿ ਇੱਕ ਇੱਕ ਪਟੜੀ ਦਾ ਕੰਮ ਲੱਗੇਦਾ ਰੇਲਵੇ ਪਟੜੀ ਦਾ ਅਤੇ ਉਹ ਜਿਹੜੀ ਸਵਾਰੀਆਂ ਨਾ ਰੇਲ ਜਿਹੜੀਆਂ ਟਿਕਟਾਂ ਲੈਦੀਆਂ ਨੇ ਉਹਦੇ ਵਾਸਤੇ ਜਿਹੜੀ ਸਪੈਸ਼ਲ ਬੱਸ ਆਈਆਂ ਦੋ ਅਤੇ ਇਹ ਉਹਨੇ ਕੀ ਕੂਫਸਟਾਈਨ ਜਗ੍ਹਾ ਇੱਕ ਉੱਥੇ ਛੱਡਣ ਜਾਂਗਣ ਉਨਾ ਕੁ ਟਾਈਮ ਲੱਗੇ ਜਿੰਨਾ ਰੇਲ 'ਚ ਲੱਗਣਾ ਅਤੇ ਇਹ ਹੈ ਕਿ ਲੋਕਾਂ ਦਾ ਉਹ ਨਹੀਂ ਹੋਇਆ ਕਿ ਸਾਡੇ ਆਖਦੇ ਨਹੀਂ ਉਹ ਰੇਲ ਲੇਟ ਹੋਈ ਹੈ 6 ਘੰਟੇ ਜੀ 4 ਘੰਟੇ ਅਤੇ 1 ਮਿੰਟ ਦੀ ਉਹ ਹੈ 1 ਮਿੰਟ ਲੇਟ ਹੋਇਆ ਰੇਲ 'ਤੇ ਰੌਲਾ ਪਾਉਣ ਲਈ ਪੈਂਦੇ ਨੇ ਉਹ ਗੌਰਮੈਂਟ ਆਖ ਲਈ ਪੈਂਦੀ ਹੈ ਸਾਰੀ ਜੀ ਮਾਫੀ ਦੀ ਜਿਹੜੋ ਲੇਟ ਹੋਈ ਟ੍ਰੇਨ ਸਾਡੀ 1 ਮਿੰਟ ਬਿਲਕੁਲ ਐਗਜੈਕਟ ਟ੍ਰੇਨ ਦਾ ਟਾਈਮਿੰਗ ਹੁੰਦਾ ਇੱਥੇ ਅਤੇ ਸਿਸਟਮ ਇਹ ਹੈ ਕਿ ਅਗਰ ਤੁਸੀਂ ਘਰੋਂ ਸੋਚੀ ਜਾਗੇ ਨਾ ਵੀ 4 ਵਜੇ ਉੱਥੇ ਪੁੱਜਣਾ ਅਤੇ 4 ਵਜੇ ਤੁਸੀਂ ਪੁੱਜਣਾ ਭਾਵੇਂ ਜੋ ਮਰਜ਼ੀ ਹੋਇਆ ਜੇ ਬੰਦਾ ਮਰੀ ਨਹੀਂ ਜਾਤ ਤਾਂ ਗੱਲ ਵੱਖਰੀ ਹੈ ਲੇਕਿਨ ਉਹਦਾ ਪੂਰਾ ਐਗਜੈਕਟ ਟਾਈਮਿੰਗ ਉਹ ਇੱਧਰ ਲੱਗਣੀਆਂ ਬੱਸਾਂ ਲੁਧਿਆਣੇ ਦੀਆਂ ਲੱਗਦੀਆਂ ਇੱਧਰ ਠੀਕ ਹੈ ਇਹ ਥੱਲੇ ਸਮਾਨ ਰੱਖਣੇ ਦਾ ਬਣਿਆ ਰੇਲ ਦੇ ਬੱਸਾਂ ਦੇ ਇਹਦੇ ਵਿੱਚ ਗਿਆ ਟੋਇਲਟ ਬਣੀ ਦੀ ਹੁੰਦੀ ਹੈ ਅਤੇ ਬੱਸ ਦੇ ਵਿੱਚ ਗਿਆ ਮੈਨ ਦੀ ਬੱਸ ਮੈਨ ਦੀ ਮੈਨ ਕੰਪਨੀ ਦੀ ਹੈਲੋ ਅਤੇ ਇਹ ਸਾਡਾ ਰੇਲਵੇ ਸਟੇਸ਼ਨ ਇਹ ਸਟੇਸ਼ਨ ਹੈ ਇਹਦੇ ਵਿੱਚ ਲੱਗੀ ਦੀ ਹੈ ਟਾਈਮਿੰਗ ਕਿੰਨੇ ਵਜੇ ਕਿਹੜੀ ਟ੍ਰੇਨ ਜਾਣੀ ਹੈ ਕਿਹੜਾ ਡੱਬਾ ਕਿਹੜੇ ਸਟੇਸ਼ਨ ਪਰ ਕਿਹੜੇ ਉਹਦੇ ਪਰ ਲੱਗਣਾ ਹੈ ਪਲੇਟਫਾਰਮ ਵਿੱਚ ਲੱਗੇ ਹੁੰਦੇ ਨਾ ABCD ਉੱਥੇ ਆਪਾਂ ਜਾਈਏ ਆਪੂ ਲੱਭੀ ਹੁੰਦਾ ਕਿ ਕਿੱਥੇ ਜਾਣਾ ਇਹ ਦੇਖੋ ਪੂਰੀ ਟ੍ਰੇਨਿੰਗ ਵੀ ਟ੍ਰੇਨ ਦੀ ਟਾਈਮਿੰਗ ਹੈ 2 ਘੰਟੇ ਦੀ ਪੂਰੀ ਦੋਨੇ ਪਾਸੇ ਲੱਗੇ ਨੇ ਕੰਪਿਊਟਰ ਇਹਦੇ ਵਿੱਚ ਗੱਲ ਬਣੀ ਦੀ ਦੁਕਾਨਾਂ ਖਾਣੇ ਪੀਣੇ ਦਾ ਸਮਾਨ ਵੀ ਸਿਗਰਟ ਪਾਣੀ ਦੁਕਾਨਾਂ ਵੀ ਬਣੀ ਦੀਆਂ ਨੇ ਪਾਨ ਮਸਾਲਾ ਵੀ ਮਿਲੀ ਜਾਂਦਾ ਇੱਥੇ ਪਾਨ ਪਰਾਗ ਇਹ ਤੁਸੀਂ ਖਾਣੇ ਪੀਣੇ ਦਾ ਸਮਾਨ ਇਹਦੇ ਵਿੱਚ ਲੱਗੇ ਆਟੋਮੈਟਿਕ ਟਿਕਟਾਂ ਕੱਢਣ ਵਾਲਾ ਇੱਥੇ ਲੱਗੇ ਦਾ ਗੁਆ ਨਗਰ ਟਿਕਟ ਰਿਜ਼ਰਵ ਕਰਾਉਣੀ ਹੋਏ ਤਾਂ ਇੱਥੋਂ ਲੈਣੀ ਪੈਂਦੀ ਹੈ ਜੇ ਆਪੂ ਟਿਕਟ ਕੱਢਣੀ ਹੋਏ ਤਾਂ ਲੋਕ ਅੱਡਾ ਦੇ ਟਿਕਟਾਂ ਲੋਕ ਅੱਡਾ ਦੇ ਆਪਣੀ ਹੁੰਦੀਆਂ ਕਿੱਧਰ ਬਣੇ ਦਾ ਅਗਰ ਇਹ ਜ਼ਿਆਦਾ ਪੌੜੀਆਂ ਐਸੀਲੇਟਰ ਇੱਧਰ ਬਣੀ ਦੀ ਹੈ ਲਿਫਟ ਅਗਰ ਕੋਈ ਵੀਲ ਚੇਅਰ ਪਰ ਹੈ ਜਾਂ ਜ਼ਿਆਦਾ ਸਮਾਨ ਹੈ ਤਾਂ ਲਿਫਟ ਪਰ ਉਹਨੇ ਤਾਂ ਪੌੜੀਆਂ ਚੜੀ ਵੀ ਜਾ ਮਤਲਬ ਇੱਕ ਸਟੇਸ਼ਨ ਨੂੰ ਜਾਣ ਵਾਸਤੇ 3 ਚੀਜ਼ਾਂ ਬਣੀ ਦੀਆਂ ਨੇ ਅਤੇ ਲਿਫਟ ਪੌੜੀਆਂ ਅਤੇ ਇੱਧਰ ਆਈ ਹੁੰਦਾ ਜੀ ਐਸੀਲੇਟਰ ਅਤੇ ਨੌਂ ਬਣੇ ਦੇ ਨੇ ਉਹ ਜੰਕਸ਼ਨ ਹੈ ਇਹ 9 ਰੇਲਾਂ ਆਉਂਦੀਆਂ ਨੇ ਆਉਂਦੀਆਂ ਜਾਂਦੀਆਂ ਨੇ ਪੂਰੇ ਯੂਰਪ 'ਚ ਇੱਥੇ ਤੋਂ ਹੀ ਰੇਲ ਮਿਲੀ ਜਾ ਚੈੱਕ ਰਿਪਬਲਿਕ ਦੀ ਹੰਗਰੀ ਦੀ ਅਤੇ ਜਰਮਨੀ ਦੀ ਅਤੇ ਸਵਿਜ਼ਰਲੈਂਡ ਦੀ ਚਾਰ ਮੁਲਕਾਂ 'ਚ ਜਾਂਦੀ ਇੱਥੋਂ ਟ੍ਰੇਨ ਡਾਇਰੈਕਟ ਬਾਕੀ ਬਦਲੀ ਭਾਵੇਂ ਪੂਰੇ ਯੂਰਪ ਫਿਰਦੇ ਰਹੋ ਜੇ ਗੱਲ ਔਰ ਜੇ ਬਾਤ ਹੈ ਥੈਂਕ ਯੂ ਫਾਰ ਵਾਚਿੰਗ